ਕੋਸਟਰ ਪਾਇਆ ਸਿੱਧੂ ਮੂਸੇਵਾਲੇ ਤੇ ਵੀ ਸਿੱਧੂ ਦਾ ਗਾਣਾ ਕੀਤਾ। ਰੀਸੈਂਟਲੀ ਮੈਂ ਪੋਸਟਰ ਪਾਇਆ ਸੀ ਦੁੱਖ ਮਾਂ ਦਾ। ਆਪਦੇ ਬ੍ਰਦਰ ਲਈ ਤੇ ਸਿੱਧੂ ਬਾਈ ਲਈ ਕੀਤਾ ਸੀ ਹਨਾ। ਪੋਸਟਰ ਪਾਏ ਤੇ ਵੀ ਮੈਨੂੰ ਇਹ ਕਮੈਂਟ ਆਏ ਸੀ ਵੀ ਆਹੋ ਹੁਣ ਤੂੰ ਚੱਲਦੀ ਤਾਂ ਹੈ ਨਹੀਂ। ਹੁਣ ਸਿੱਧੂ ਬਾਈ ਦਾ ਗਾਣਾ ਕਰਕੇ ਤੂੰ ਫੇਮ ਭਾਵੇਂਗੀ। ਵੀ ਆਖੇ ਮੇਰਾ ਕੰਮ ਚੱਲੇ ਜੇ। ਅਸੀਂ ਮੇਰੇ ਯਾਦ ਆ ਸੀ ਬੱਬੂ ਮਾਨ ਬਾਈ ਜੀ ਦਾ ਸ਼ੂਟ ਚੱਲੀ ਜਾਂਦਾ ਸੀਗਾ। ਹਵਾਏ ਵੇਲੇ ਵੀ ਮੈਂ ਉੱਥੇ ਸੀ। ਤੇ ਹੋਰ بڑے ਗਾਣਿਆਂ ਤੇ ਮੈਂ ਬੈਠੀ ਨੇ ਵੇਖੀ ਜਾਣ ਵੇਖੇ ਨਾ ਫਿਰ ਜਦੋਂ ਵਿੱਚ ਦੀ ਉਹਨਾਂ ਦਾ ਸ਼ਾਰਟ ਖਤਮ ਹੋਣਾ ਉਹ ਲੈ ਕੇ ਆਓ ਉਹਨੂੰ ਸ਼ੈਲੀ ਨੂੰ ਆਪਾਂ ਥੋੜਾ ਜਿਹਾ ਰਿਲੈਕਸ ਹੋਈਏ ਫਿਰ ਸਾਰਿਆਂ ਨੇ ਖੇਡਣਾ ਕਿਉਂਕਿ ਬਹੁਤ ਜ਼ਿਆਦਾ ਛੋਟੀ ਸੀ ਮੈਂ ਸਿੱਧੂ ਮਸੇਰੇਆ ਪਰਾਲੀ ਦੋਸਤੋ ਸੀ ਇਨਸਾਫ ਦੀ ਮੰਗ ਕਰਦੇ ਹਨ ਤੇ ਕਰਦੇ ਰਹਾਂਗੇ ਤੇ ਦੋਸਤੋ ਦੂਸਰੇ ਹੀ ਪਾਸੇ ਕੁਝ ਹੋਰ ਪੰਜਾਬੀ ਆਰਟਿਸਟ ਸਿੱਧੂ ਮਸੇਰੇ ਨਾਲ ਜੋ ਸੰਬੰਧ ਰੱਖਦੇ ਹਨ ਬਿਆਨਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਪਰ ਦੋਸਤੋ ਸੀ ਇੱਕੋ ਗੱਲ ਦਾ ਵਾਰ-ਵਾਰ ਜ਼ਿਕਰ ਕਰ ਰਹੇ ਹਨ ਹਾ ਕੋਈ ਜਸਟਿਸ ਬਾਰੇ ਕਿਉਂ ਨਹੀਂ ਬੋਲ ਰਿਹਾ ਮਤਲਬ ਇਹ ਤਾਂ ਦੋਸਤੋ ਸਰਕਾਰ ਨੂੰ ਅਲਟੀਮੇਟਮ ਦੇ ਚੁੱਕੇ ਨੇ ਕਿ 1 ਮਹੀਨੇ ਦੇ ਅੰਦਰ-ਅੰਦਰ ਜੇਕਰ ਹੁਣ ਵੀ ਇਨਸਾਫ ਨਾ ਹੋਇਆ ਤਾਂ ਅਸੀਂ ਧਰਨੇ ਤੇ ਬੈਠ ਜਾਵਾਂਗੇ ਪੰਜਾਬੀ ਆਰਟਿਸਟ ਉਹਨਾਂ ਦਾ ਦੋਸਤੋ ਸਾਥ ਕਿਉਂ ਨਹੀਂ ਦੇ ਰਹੇ ਭਗਮਤਮਨ ਹੁਣੀ ਵੀ ਦੋਸਤੋ ਨਹੀਂ ਰਹੀ ਹਾਲਾਂਕਿ ਇਹ ਤਾਂ ਦਾਅਵੇ ਕੀਤੇ ਜਾ ਰਹੇ ਸਨ ਕਿ ਅਸੀਂ ਬਾਹਰੀ ਦੇਸ਼ਾਂ ਵਿੱਚੋਂ ਜੋ ਸਿੱਧੂ ਦੇ ਕੇਸ ਨਾਲ ਸੰਬੰਧ ਰੱਖਦੇ ਹਨ ਸ਼ਖਸ ਉਹਨਾਂ ਨੂੰ ਇੰਡੀਆ ਲੈ ਕੇ ਆਵਾਂਗੇ ਇਦਾਂ ਕਰਾਂਗੇ ਉਦਾਂ ਕਰਾਂਗੇ ਪੁੱਛਗਿੱਛ ਕਰਾਂਗੇ ਪਹਿਲਾਂ ਵੀ ਦੋਸਤੋ ਜੋ ਲਾਰਿਸ਼ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਗਈ ਹੈ ਰਿਮਾਂਡ ਤੇ ਉਸ ਨੂੰ ਲਜਾਇਆ ਗਿਆ ਸੀ ਉਸ ਵਾਰ ਵੀ ਹਲੇ ਕੋਈ ਖੁੱਲ ਕੇ ਗੱਲ ਸਾਹਮਣੇ ਨਹੀਂ ਆਈ ਜਿਹੜੀ ਗ੍ਰਿਫਤਾਰ ਕਰ ਲਏ ਗਏ ਹਨ ਉਹਨਾਂ ਨੂੰ ਵੀ ਦੋਸਤੋ ਹਲੇ ਤੱਕ ਸਜ਼ਾ ਨਹੀਂ ਦਿੱਤੀ ਬਹੁਤ ਵੱਡੇ ਸਵਾਲ ਦੋਸਤੋ ਮੌਜੂਦਾ ਸਰਕਾਰ ਤੇ ਉੱਠਦੇ ਨੇ ਬਾਕੀ ਦੋਸਤੋ ਤੁਸੀਂ ਇਸ ਪੂਰੇ ਕੇਸ ਬਾਰੇ ਆਪਣੇ ਅਹਿਮ ਵਿਚਾਰ ਜ਼ਰੂਰ ਦਿਓ ਤੇ ਦੋਸਤੋ ਇੱਥੇ ਹੁ ਨੇ ਰਿਪਲਾਈ ਕੀਤਾ ਕਿ ਮੈਂ ਸ਼ੀਸ਼ਾ オリジナル ਗਾਣਾ ਰਿਲੀਜ਼ ਕਰਨ ਵਾਲਾ ਹਾਂ ਜਿਸ ਤੋਂ ਬਾਅਦ ਕਰਨ ਔਜਲਾ ਨੇ ਰਾਰਾ ਰਾਰਾ ਚਿਕਨ ਕਹਿ ਕੇ ਕੈਬੀਨ ਨੂੰ ਰਿਪਲਾਈ ਕੀਤਾ ਜਿਸ ਤੋਂ ਬਾਅਦ ਦੋ ਚਾਰ ਹੋਰ ਸਟੋਰੀਆਂ ਕੈਬੀਨ ਨੇ ਸ਼ੇਅਰ ਕੀਤੀਆਂ ਕਰਨ ਔਜਲਾ ਦੇ ਫੈਨ ਦੋਸਤੋ ਉਸ ਨੂੰ ਕਾਫੀ ਬੁਰਾ ਪਲਾ ਬੋਲ ਰਹੇ ਸਨ ਤੇ ਹੁਣ ਦੋਸਤੋ ਉਸ ਨੇ ਦੋ ਹੋਰ ਲੰਬੀਆਂ ਚੌੜੀਆਂ ਪੋਸਟਾਂ ਤੇ ਸਟੋਰੀਆਂ ਸ਼ੇਅਰ ਕੀਤੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਮੇਰੀ ਕੈਂਟ ਲੁੱਕ ਤੇ ਕਮੈਂਟ ਅੱਜ ਦਾ ਨਹੀਂ ਹੋ ਰਿਹਾ 2012 ਤੋਂ ਆ ਮੈਂ ਇੰਡਸਟਰੀ 'ਚ ਇਹੀ ਕੁਝ ਸੁਣਦਾ ਆ ਰਿਹਾ ਹਾਂ ਹਾਂ ਟੈਨਸ਼ਨ ਕੋਈ ਨਹੀਂ ਤੁਸੀਂ ਰਾਂਝਾ ਰਾਜੀ ਰੱਖੋ ਆਪਣਾ ਜੇ ਆਰਟਿਸਟ ਨਾ ਵਰਤੰਦੀ ਜਦੋਂ ਕਿਸੇ ਖਾਸ ਨੇ ਵੀ ਪਾਸਾ ਵਟਿਆ ਆਪਾਂ ਲੱਖ ਫਾਇਦਾ ਹੋ ਸਕਣ ਦੇ ਬਾਵਜੂਦ ਬੰਦਾ ਛੱਡਦਾ ਮਿਹਨਤ ਵਧਾ ਦਿੱਤੀ ਸਕੀਮਾਂ ਨਾਲ ਵਰਤਿਆ ਨਹੀਂ ਕਿਸੇ ਨੂੰ ਪੱਕੇ ਉਸੂਲਾਂ ਵਾਲੀ ਜ਼ਿੰਦਗੀ ਜਿਉਈ ਅੱਜ ਤੱਕ ਜੀਡੀਐਫ ਯੂਗੇਟ ਦਾ ਫੱਕ ਅਪ ਕਾਪੀਕੇਟ ਹੋਇਆ ਸੀ ਕਿਸ 뮤직 ਡਾਇਰੈਕਟਰ ਕੋਲੋਂ ਹੋਇਆ ਸੀ ਇਹ ਵੀ ਦੱਸ ਦੂੰ 2 ਸਾਲ ਪਹਿਲਾਂ ਕਿਨੇ ਕੀਤਾ ਸੀ ਆਪ ਦੇਖ ਲਿਓ ਮੈਂ ਬੋਲਿਆ ਨਹੀਂ ਉਦੋਂ ਹੁਣ ਇਧਰ ਇਹ ਚੱਕਰ ਕੋਇਨਸੀਡੈਂਸ ਹੋ ਸਕਦਾ ਮੈਂ ਬੋਲ ਪਿਆ ਹਰ ਇੱਕ ਬੰਦਾ ਆਪਣੇ ਲੈਵਲ ਤੇ ਸੱਚੀ ਮਿਹਨਤ ਕਰਦਾ ਦੁੱਕੀ ਦੀ ਸਸਤੀ ਪ੍ਰੋਮੋਸ਼ਨ ਤੇ ਮੈਂ ਬਲੀਵ ਨਹੀਂ ਕਰਦਾ ਨਾ ਹੀ ਕੋਈ ਮੈਨੂੰ ਰਿਪਲਾਈ ਦੇਵੇ ਪਰ ਰੌਲਾ ਪਾ ਕੇ ਸੱਚ ਜੋ ਊਠ ਨਹੀਂ ਬਣ ਸਕਦਾ ਆਈਸ ਵੇਅਰ ਓਨ ਮਾਈ ਵਰਕ ਮੈਨੂੰ ਕੋਈ ਰਿਪਲਾਈ ਜਾਂ ਕੰਟਰੋਵਰਸੀ ਨਹੀਂ ਚਾਹੀਦੀ ਜੇ ਮਾ ਫਲੋਬੀ ਹੋ ਗਿਆ ਤਾਂ ਰੱਬ ਨੇ ਹੱਥ ਦੇਤੇ ਬਾਹਰੋਂ ਮੈਂ ਦਿਹਾੜੀਆਂ ਕਰਦਾ ਹੀ ਆਇਆ No problem ਪਰ ਲੋਕਾਂ ਦੇ ਦਿਮਾਗ ਨਾਲ ਇਮੋਸ਼ਨਲ ਖੇਡ ਕੇ ਉੱਪਰ ਆਉਣ ਵਾਲਾ ਕਿਰਦਾਰ ਨਹੀਂ ਬਾਕੀ ਜਦ ਬੰਦਾ ਮਿਹਨਤ ਨਾਲ ਚੀਜ਼ਾਂ ਪਲਾਨ ਕਰ ਰਿਹਾ ਹੋਵੇ ਦਿਲ ਦੇ ਕਰੀਬ ਰੱਖ ਕੇ ਸਭ ਕੁਝ ਕਰ ਰਿਹਾ ਹੋਵੇ ਫਿਰ ਲੱਗ ਹੀ ਜਾਂਦੀਆਂ ਗੱਲਾਂ ਦਿਲ ਤੇ ਮੇਰੇ ਕੋਲ ਟੀਮ ਨਹੀਂ ਹੈਗੀ ਮੇਰੀਆਂ ਗੱਲਾਂ ਵਾਇਰਲ ਕਰਨ ਨੂੰ ਸੋ ਮੈਂ ਆਪਣੀ ਗੱਲ ਆਪ ਬੋਲਦਾ ਸ਼੍ਰੀ ਆਮ ਜਿਸ ਸਸਤੇ ਫੀ ਕਮੈਂਟਸ ਮਾਵਾ ਪਿੰਨਾ ਦੀਆਂ ਗਾਲਾਂ ਤੇ ਸਸਤੀਆਂ ਧਮਕੀਆਂ ਤਮ ਮੈਂ ਵਾਰ ਵਾਰ ਬੋਲੂ ਸੱਚ ਨੂੰ ਕੋਈ ਡਰਨੀ ਜਦ ਜੋ ਹੋਣਾ ਉੱਪਰ ਵਾਲੇ ਨੇ ਹੀ ਜੋ ਲਿਖਤਾ ਉਹਨੂੰ ਕੋਈ ਰੋਕ ਨਹੀਂ ਸਕਦਾ ਰੱਬ ਰਾਖਾ ਸੋ ਦੋਸਤੋ ਕੈਂਬੀ ਨੇ ਕੁਝ ਸੱਚੀਆਂ ਗੱਲਾਂ ਵੀ ਕੀਤੀਆਂ ਪਰ ਦੋਸਤੋ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਜੀਟੀਐਫ ਯੂ ਜਿਸ ਨੂੰ ਵੀ ਜੁੜਿਆ ਜਾ ਰਿਹਾ ਹੈ ਬੀਟੀਐਫ ਯੂ ਕੀ ਕਰਨ ਔਜਲਾ ਨੇ ਵਾਕਈ ਹੀ ਕੈਂਬੀ ਨੂੰ ਕਾਪੀ ਕੀਤਾ ਸੀ ਸ਼ਾਇਦ ਦੋਸਤੋ ਇਹ ਕਹਿ ਰਿਹਾ ਸੀ ਮੈਂ ਉਸ ਤੋਂ ਵੀ ਗਾਣੇ ਪਹਿਲਾਂ ਦੇ ਬਣਾਏ ਹੋਏ ਹਨ ਮਸਲਾ ਦੋਸਤੋ ਕੁਝ ਜ਼ਿਆਦਾ ਹੀ ਗੰਭੀਰ ਹੋ ਚੁੱਕਾ ਹੈ ਕਰਨ ਔਜਲਾ ਵੀ ਸ਼ਾਇਦ ਇਸ ਤੋਂ ਬਾਅਦ ਰਿਪਲਾਈ ਕਰ ਸਕਦਾ ਹੈ ਪਰ ਉਸ ਦੇ ਫੈਨ ਜਾਂ ਉਸ ਦੇ ਫੈਨਪੇਜ ਦੇ ਕਾਫੀ ਬੁਰਾ ਉਨ੍ਹਾਂ ਦੋ ਸਟੋਰੀਆਂ ਬਾਰੇ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਦੋਸਤੋ ਤੇ ਹੁਣ ਅਸੀਂ ਹਨੀਸੰਗ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਜਿਸ ਦਾ ਵੀ ਇੱਕ ਮੁੱਦਾ ਵੈਸਤਾ ਦੋਸਤੋ ਉਸ ਦੇ ਮੁੱਦੇ ਕਾਫੀ ਜੁੜੇ ਹੋਏ ਹਨ ਇੰਡਸਟਰੀ ਟੂ ਗੈਪ ਰਿਹਾ ਉਸ ਤੋਂ ਬਾਅਦ ਠੀਕ ਠਾਕ ਦੇ ਗਾਣੇ ਚੱਲੇ ਉਸ ਦੇ ਪਰ ਉਸ ਲੈਵਲ ਦੇ ਨਹੀਂ ਜੂਸ ਨੇ ਪਹਿਲਾਂ ਰਿਲੀਜ਼ ਕੀਤੇ ਸਨ ਪਰ ਹੁਣ ਦੋਸਤੋ ਉਸ ਤੇ ਇੱਕ ਕੇਸ ਦਰਜ ਹੋ ਚੁੱਕਾ ਹੈ ਕਿਉਂਕਿ ਲਗਭਗ 7-8 ਸਾਲ ਪਹਿਲਾਂ ਗਾਣਾ ਆਇਆ ਸੀ ਪੱਜੀ ਪਿੰਡਾਂ ਉਸ ਵਿੱਚ ਦੋਸਤੋ ਸ਼ਾਇਦ ਅਪੱਤੀ ਜਾਂ ਕਿਨਕ ਸ਼ਬਦ ਵਰਤੇ ਸਨ ਔਰਤਾਂ ਲਈ ਜਿਨ੍ਹਾਂ ਸਖਸ਼ਿਆਂ ਨੇ ਦੋਸਤੋ ਉਹ ਗਾਣਾ ਸੁ ਨਹੀਂ ਹੋਇਆ ਤੇ ਹੁਣ ਦੂਸਰਾ ਇੱਕ ਹੋਰ ਕੇਸ ਉਹ ਵੀ 8 ਸਾਲਾਂ ਬਾਅਦ ਇਹ ਦੋਸਤੋ ਬਹੁਤ ਵੱਡੀ ਗੱਲ ਹੈ ਕਿ ਵਾਕਈ ਹੀ ਹਨੀ ਸਿੰਘ ਨੂੰ ਫਿਰ ਅੱਗੇ ਦੀ ਅੱਗੇ ਫਸਾਇਆ ਜਾ ਰਿਹਾ ਹੈ ਜਾਂ ਕੋਈ ਹੋਰ ਗੱਲ ਹੈ ਤੁਸੀਂ ਦੋਨਾਂ ਹੀ ਕੇਸਾਂ ਬਾਰੇ ਜੋ ਹਨੀ ਸਿੰਘ ਤੇ ਹੋਈ ਹਨ ਆਪਣੇ ਅਹਿਮ ਚਰਚਾ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੋਸਤੋ ਇੱਥੇ ਹੁਣ ਅਸੀਂ ਤੇ ਸੇਮ ਜਸਨ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਦੋ ਬਰਾਬਰ ਬੜੀਆਂ ਹੀ ਅਹਿਮ ਅਪਡੇਟ ਨੇ ਪਹਿਲੀ ਗੱਲ ਤਾਂ ਇਹ ਹੀ ਹੈ ਰਵੀ ਸਿੰਘ ਦੀ ਖਾਲ ਸੇਡ ਵਾਲੇ ਉਹਨਾਂ ਦੀ ਦੋਸਤੋ ਫਿਲਮ ਊੜਾ ਆੜਾ ਉਸ ਬਾਰੇ ਬੋਲਦੇ ਹੋਏ ਦਿਖਾਈ ਦਿੱਤੇ ਮੇਰੇ ਛੋਟੇ ਬਰਾਦਰ ਸੇਮ ਜਸਨ ਨੇ ਬਹੁਤ ਹੀ ਵਧੀਆ ਸਨੇਹਾ ਦਿੱਤਾ ਅਗਲੀਆਂ ਪੀੜ੍ਹੀਆਂ ਸੋਹਣੀ ਪੰਜਾਬੀ ਬੋਲਣੀ ਲਿਖਣੀ ਅਤੇ ਪੜ੍ਹਨੀ ਸਿੱਖਾਣ। ਮੇਰੀ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਜਿੱਥੇ ਹੋ ਸਕੇ ਪੰਜਾਬੀ ਵਿੱਚ ਸਾਂਝ ਪਾਵਾਂ। ਆਹੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਪਿਆਰ ਤੇ ਸਤਿਕਾਰ ਦੇਈਏ। ਸੋ ਦੋਸਤੋ ਉਹ ਫਿਲਮ ਤਾਂ ਬਾਕੀ ਹੀ ਬਾਖਮਾਲ ਸੀ ਤੇ ਦੋਸਤੋ ਦੂਸਰੀ ਫਿਲਮ ਜੁਸਦੀ 16 ਤਰੀਕ ਨੂੰ ਰਿਲੀਜ਼ ਹੋਣੀ ਹੈ ਨੀਰੂ ਵਾਜਵਾ ਨਾਲ। ਉਸ ਦਾ ਵੀ ਟ੍ਰੇਲਰ ਆ ਚੁੱਕਾ ਹੈ ਦੋਸਤੋ। ਕਾਫੀ ਚੰਗੇ ਰਿਵਿਊਜ਼ ਮਿਲ ਰਹੇ ਹਨ ਤੇ ਸਾਨੂੰ ਲੱਗਦਾ ਹੈ ਇਹ ਵੀ ਸੁਪਰ ਡੁਪਰ ਹਿਟਰ ਹੋਏਗੀ। ਪੰਜਾਬੀ ਸਿਨੇਮਾ ਹੁਣ ਦੋਸਤੋ ਮੋੜ ਤੋਂ ਬਹਾਰ ਹੋ ਰਿਹਾ ਹੈ ਦੁੰਦ ਅਸੇ ਤੋਂ ਮੁਸੇ ਵਾਲਾ ਹਾਸਾ ਹੋਇਆ ਹੈ ਸਿਨੇਮਾ ਕਰਮਚਾਰੀ ਵੀ ਦੋਸਤੋਂ ਰੌਣਕ ਚਲੀ ਗਈ ਸੀ ਬਾਕੀ ਦੇਖੋ ترਸੀਮ ਜਸਰ ਤੇ ਨੀਰੂ ਹਾਜਵਾ ਪਹਿਲੀ ਵਾਰ ਦੋਸਤੋਂ ਇਕੱਠੇ ਦਿਖਾਈ ਦੇਣ ਵਾਲੇ ਨੇ ਤੇ ਦੋਸਤੋਂ ਇੱਥੇ ਹੁਣ ਅਸੀਂ ਇੰਦਰਜੀਤ ਨਿਕੂ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਜਿਸ ਨੇ ਕੀ ਰਿਪਲਾਈ ਕੀਤਾ ਹੈ ਕੱਲ੍ਹ ਸੀ ਨੂੰ ਇਹ ਦੋਸਤੋਂ ਉਹੀ ਸ਼ਖਸ ਹੈ ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਸੀ ਇੰਦਰਜੀਤ ਨਿਕੂ ਦੀ ਇਹਨੇ ਲਾਈਵ ਆ ਕੇ ਬਿਆਨ ਦਿੱਤੇ ਸਨ ਕਹਿ ਸਕਦੇ ਹਾਂ ਇੰਦਰਜੀਤ ਨਿਕੂ ਨੂੰ ਰਿਪਲਾਈ ਹੀ ਕੀਤਾ ਸੀ ਤੇ ਜਿਸ ਤੋਂ ਬਾਅਦ ਹੁਣ ਦੋਸਤੋਂ ਇੰਦਰਜੀਤ ਨਿਕੂ ਵੀ ਬੋਲਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਵਾਰਿਸ ਪੰਜਾਬ ਦੀ ਜੱ ਫਰਦਲ ਦੇ ਪਿੱਛੇ ਤੁਰਿਆ ਫਿਰਦਾ ਜਦੋਂ ਕਿਸੇ ਨੇ ਇਸ ਦਾ ਨੋਟਿਸ ਨਾਲ ਲਿਆ ਤਾਂ ਕੱਲ ਇੰਦਰਜੀਤ ਨਿੱਕੂ ਬਾਰੇ ਕਹਿਣ ਲੱਗਿਆ ਕਿ ਅਖੇ ਇੰਸਟਾਗ੍ਰਾਮਾਂ ਪਿੰਦਾ ਆਇਆਸ਼ੀਆਂ ਕਰਦਾ ਕੋਈ ਪੁੱਛਣ ਵਾਲਾ ਹੋਵੇ ਤੂੰ ਲਾਈਟਰ ਜਲਾ ਕੇ ਦਿੰਦਾ ਸੀ ਨਿੱਕੂ ਨੂੰ ਤੇਰੀ ਵੱਸ ਦੀ ਗੱਲ ਨਹੀਂ ਸਿੱਖ ਲੈ ਪਹਿਲਾਂ ਆਪ ਫਿਰ ਦੂਜਿਆਂ ਦੇ ਖਾਮੀਆਂ ਕਢੀ ਸੋ ਦੋਸਤੋ ਇੰਦਰਜੀਤ ਨਿੱਕੂ ਨੇ ਇਸ ਸ਼ਖਸ਼ ਨੂੰ ਰਿਪਲਾਈ ਕੀਤਾ ਹੈ ਤੇ ਦੋਸਤੋ ਇਥੇ ਹੁਣ ਅਸੀਂ ਜੇਕਰ ਦਲਜੀਤ ਦਸਾਂ ਦਾ ਹੀ ਜ਼ਿਕਰ ਕਰੀਏ ਮਮਬੀ ਵੀ ਦੋਸਤੋ ਇੱਕ ਵਾਰ ਫਿਰ ਆ ਰਿਹਾ ਹੈ ਜੋ ਪਹਿਲਾਂ ਲਾਈਵ ਸ਼ੋ ਹੈ ਸੀਸ ਨੇ ਵੀ ਪੂਰੀ ਕਰ ਦਿੱਠਾਈ ਸੀ ਯੂਕੇ ਦਾ ਟੂਰ ਵੀ ਦੋਸਤੋ ਸਮਾਪਤ ਹੋ ਚੁ ਫਿਰ ਇਹਨ ਕਿਸੇ ਨਵੇਂ ਮਿਊਜ਼ਿਕ ਦੀ ਵੀ ਉਹ ਡੀ ਕਰ ਰਹੇ ਹਨ ਪਸਾਨੂੰ ਲੱਗਦਾ ਦੋਸਤੋ ਸੋਨਾ ਤਰੀਕ ਨੂੰ ਪਹਿਲਾਂ ਜੋਸ ਦੀ ਜੋਗੀ ਫਿਲਮ ਆਉਣੀ ਹੈ ਉਹ ਰਿਲੀਸ ਹੋਵੇਗੀ ਉਸ ਤੋਂ ਬਾਅਦ ਹੀ ਕਿਸੇ ਨਵੇਂ ਮਿਊਜ਼ਿਕ ਬਾਰੇ ਕੁਝ ਕਹਿਣਾ ਦੋਸਤੋ ਵਾਜਿਬ ਹੋਵੇਗਾ ਮਨੋਈ ਵਿੱਚ ਲਾਈਵ ਸ਼ੋ ਜੋਗੀ ਫਿਲਮ ਗਾਣੇ ਬਹੁਤ ਦੋਸਤੋ ਬਿਜੀ ਚੱਲ ਰਿਹਾ ਹੈ ਇਸ ਸਾਲ ਦਲਜੀਤ ਦੋਸਾਂਜ ਤੇ ਦੋਸਤੋ ਜੇਕਰ ਅਸੀਂ ਗਰੀ ਸੰਤੂ ਦਾ ਜ਼ਿਕਰ ਕਰੀਏ ਉਸ ਦੀ ਵੀ ਇੱਕ ਕਲਿੱਪ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸਟੇਜ ਤੋਂ ਦੋਸਤੋ ਵਾਪਸ ਆ ਰਿਹਾ ਸੀ ਤਾਂ ਕਿਸੇ ਸ਼ਖਸ਼ ਨਿਊਜ਼ ਦੀ ਟੂਪੀ ਲਾ ਦਿੱਤੀ ਇਹ ਜਿਹੀਆਂ ਹਰਕਤਾਂ ਨਾਲ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਸਟੂਡੀਓ ਰੈਗੈਜ਼ਿੰਗ ਦਾ ਡਿਹਟਰ ਨੇ ਫਿਰ ਉਹਨਾਂ ਨੇ ਮਤਲਬ ਇਸ ਨੂੰ ਹਲਾਸ਼ੀਰੀ ਦਿੰਦੇ ਹੋਏ ਦਿਖਾਈ ਦਿੱਤੇ ਇਹਨਾਂ ਚੀਜ਼ਾਂ ਨੂੰ ਮਾੜੀ ਗੱਲ ਹੈ ਦੋਸਤੋ ਸਾਨੂੰ ਤਾਂ ਇਦਾਂ ਹੀ ਲੱਗਦਾ ਹੈ ਗੈਰੀ ਸੰਧੂ ਤਾਂ ਇਸ ਬਾਰੇ ਕੁਝ ਨਹੀਂ ਬੋਲਿਆ ਪਰ ਹਾਂ ਜਿਸ ਕਿਸੇ ਨੇ ਵੀ ਦੋਸਤੋ ਇਹ ਹਰਕਤ ਕੀਤੀ ਹੈ ਨਿੰਦਣਯੋਗ ਹੈ ਬਾਕੀ ਤੁਸੀਂ ਵੀ ਦੱਸਿਓ ਇਸ ਬਾਰੇ ਤੇ ਦੋਸਤੋ ਖੀਰਦੇ ਸੀ ਸਿੱਧੂ ਮੂਸੇਵਾਲੇ ਦੇ ਹੀ ਗਾਣਿਆਂ ਬਾਰੇ ਜ਼ਿਕਰ ਕਰਨਾ ਚਾਹੁੰਦੇ ਹਾਂ ਕੁਝ ਕੁ ਚੱਕ ਚੈ ਕਹਿ ਰਹੇ ਹਨ ਨਿੰਜੇ ਦੀ ਈਪੀ ਵੀਚੂ ਦਾ ਗਾਣਾ ਹੈ ਜਾਂਦੀ ਵਰਗਾਣਾ ਔਰ ਈਡੀ ਹੋ ਸਕਦਾ ਹੈ 7 ਤਰੀਕ ਨੂੰ ਕੋਈ ਗਾਣਾ ਆਉਣਾ ਹੈ ਪਰ ਜਦ ਤੱਕ ਦੋਸਤੋ ਪਰਿਵਾਰ ਵੱਲੋਂ ਇਜਾ ਜ਼ਰੂਰ ਕਰਿਆ ਕਲੋਸੇ ਤੋਂ ਮੂਸੇ ਉਹਦਾ ਦਿਮਾਗਾ 'ਚ ਤੁਹਾਨੂੰ ਪਰਮਾਤਮਾ ਇਹ ਪਾਣਾ ਮਨਣ ਦਾ ਬਲ ਬਖਸ਼ੇ। ਉਹ ਮੂਸੇ ਵਾਲਾ ਕਹਿੰਦਾ ਹੁੰਦਾ ਸੀ ਨਾ ਮੇਰੇ ਪਿਓ ਵਰਗਾ ਯਾਰ ਨਹੀਂ ਕੋਈ ਮੈਂ ਸਾਰੀ ਦੁਨੀਆ ਘੁੰਮ ਕੇ ਵੇਖ ਲਈ। ਕਹਿੰਦਾ ਸੀ ਨਾ ਉਹ ਸੱਚੀ ਗੱਲ ਵੀ ਇਦਾਂ ਹੀ ਸੀ। ਉਹ ਸੱਚੀ ਬੰਦਾ ਇਦਾਂ ਦਾ ਸੀ। ਦੁਨੀਆ 'ਚ ਸਾਰੀ ਗੱਲ ਆਪਣੇ ਪਿਓ ਨਾਲ ਕਰਦਾ ਸੀ ਤੇ ਪਿਓ ਵੀ ਉਹਦਾ ਯਾਰ ਹੀ ਸੀ। ਪਿਓ ਵੀ ਉਹਦੇ ਉਹ ਨਾ ਆਪ ਗੱਡੀ 'ਚ ਚੜ ਜਾਂਦਾ ਸੀ ਚੰਡੀਗੜ੍ਹ ਨੂੰ। ਤੇ ਪਿਓ ਦਾ ਮਗਰੀ ਬਸ ਤੇ ਚੜ ਜਾਂਦਾ ਸੀ ਵੀ ਕੱਲਾ ਤੁਰ ਗਿਆ ਮੈਂ ਮਗਰੀ ਜਾਣਾ ਪਿਓ ਵੀ ਵਸਾ ਨਹੀਂ ਸੀ ਕੰਦਾ ਉਹ ਵੀ ਨਹੀਂ ਸੀ ਖਾਂਦਾ ਤੇ ਉਹ ਯਾਰ ਹੀ ਸੀ ਪਰ ਉਹਨੇ ਆਪਣੇ ਪੁੱਤ ਨੂੰ ਉਦੋਂ ਪੜਨ ਭੇਜਿਆ ਕੈਨੇਡਾ ਜਦੋਂ ਕੋਈ ਨਹੀਂ ਸੀ ਪੜਨ ਆਉਂਦਾ ਮੂਸੇ ਵਾਲਾ ਕੈਨੇਡਾ ਪੜਨ ਆਇਆ ਸੀ ਸਟੂਡੈਂਟ ਇਥੋਂ ਛੱਡ ਕੇ ਤੁਰ ਗਿਆ ਸੀ ਕਹਿੰਦਾ ਮੇਰਾ ਮੇਰੀ ਮਾਂ ਤੇ ਪਿਓ ਬਿਨਾ ਜੀ ਨਹੀਂ ਲੱਗਦਾ ਮੈਂ ਜਾਣਾ ਪਿਓ ਨੇ ਆਜ਼ਾਦੀ ਦਿੱਤੀ ਸਗੋਂ ਬੱਚਾ ਆਜ਼ਾਦੀ ਨਾਲ ਦੂਰ ਨਹੀਂ ਜਾਂਦਾ ਤੁਹਾਡੇ ਨੇੜੇ ਆ ਜਾਂਦਾ ਤੁਹਾਡੇ ਨਾਲ ਜ਼ਿਆਦਾ ਪਿਆਰ ਕਰਦਾ ਹੈ ਹੈ ਮੇਰੇ ਮਾਤਾ ਪਿਤਾ ਨੇ ਇੰਨਾ ਭਰੋਸਾ ਕੀਤਾ ਮੇਰੇ ਤੇ ਬੱਚਾ ਦੂਰ ਨਹੀਂ ਜਾਂਦਾ ਤੁਹਾਨੂੰ ਭਲੇਖਾ